ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਨਾਭਾ ਹਲਕੇ ਵਿੱਚ ਇੱਕ ਵਿਸ਼ਾਲ ਰੈਲੀ ਪਟਿਆਲਾ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਸਾਬਕਾ ਡਿਪਟੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਮੌਕੇ ਤੇ ਹਲਕਾ ਨਾਭਾ ਦੇ ਇੰਚਾਰਜ ਕਬੀਰ ਦਾਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਮੌਜੂਦ ਰਹੇ। ਸੁਖਬੀਰ ਸਿੰਘ ਬਾਦਲ ਦਾ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਯੂਥ ਵਰਕਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਰਸਤੇ 'ਚ ਗੱਡੀ ਰੋਕ ਕੇ ਸਵਾਗਤ ਕੀਤਾ ਗਿਆ ਅਤੇ ਨੌਜਵਾਨਾਂ ਵੱਲੋਂ ਸੈਲਫੀਆਂ ਲਈਆਂ ਗਈਆਂ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਰੈਲੀ ਦੇ ਭਾਸ਼ਣ ਦੌਰਾਨ ਕੈਪਟਨ ਸਰਕਾਰ ਨੂੰ ਲੰਬੇ ਹੱਥੀ ਘੇਰਿਆ, ਕਿਹਾ ਕਿ ਅਜਿਹਾ ਸੂਬਾ ਮੁੱਖ ਮੰਤਰੀ ਕਿਸੇ ਵੀ ਦੇਸ਼ ਦਾ ਨਹੀਂ ਹੋਣਾ ਜੋ ਝੂਠ ਬੋਲ ਕੇ ਆਪਣੀ ਸਰਕਾਰ ਬਣਾ ਗਿਆ। ਅੱਜ ਇਹ ਸਰਕਾਰ ਪੰਜਾਬ ਦੇ ਲੋਕਾਂ ਨੂੰ ਓਪਨ ਤੋਂ ਇਲਾਵਾ ਕੁਝ ਨਹੀਂ ਕਰ ਰਹੀ ਅਤੇ ਪੁਲਿਸ ਦੇ ਝੂਠੇ ਕੇਸ ਪਵਾ ਰਹੀ ਹੈ। ਉਹਨਾਂ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਵੋਟ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਅਤੇ ਮੁੜ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਗੱਲ ਆਖੀ। ਕਿਹਾ ਕਿ ਅਗਲਾ ਪ੍ਰਧਾਨ ਮੰਤਰੀ ਦੇਸ਼ ਦਾ ਨਰਿੰਦਰ ਮੋਦੀ ਹੀ ਹੋਵੇਗਾ। ਗਲਤ ਬਾਗ ਨਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਕਿਉਂਕਿ ਹਜ਼ਾਰਾਂ ਦਾ ਕਤਲੇਆਮ ਕੀਤਾ, ਉਹਨੂੰ ਮਾਫੀ ਮੰਗਣੀ ਚਾਹੀਦੀ। ਉਹ ਡਰਦੇ ਹੈ, ਉਹਨਾਂ ਨੂੰ ਪਤਾ ਕਿ ਮੋਦੀ ਸਾਹਿਬ ਤਗੜਾ ਪ੍ਰਧਾਨ ਮੰਤਰੀ ਹੈ, ਪਹਿਲੇ ਪੰਗੇ ਲੈਣ ਦੀ ਲੋੜ ਨਹੀਂ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਟਿਆਲਾ ਲੋਕ ਸਭਾ ਹਲਕਾ ਤੋਂ ਸੁਰਜੀਤ ਸਿੰਘ ਰੱਖੜਾ ਨੇ ਸੰਬੋਧਨ ਦੌਰਾਨ ਕਿਹਾ ਕਿ ਪਿਛਲੇ MP ਵੱਲੋਂ ਹਲਕੇ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਣਧੀਰ ਸਿੰਘ ਰੱਖੜਾ ਅਤੇ ਮੈਂਬਰ SGPC ਸਤਵਿੰਦਰ ਸਿੰਘ ਟੋਹੜਾ ਅਤੇ ਹੋਰ ਯੂਥ ਆਗੂਆਂ ਨੇ ਵੀ ਮੌਜੂਦਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ। ਮਾਣਯੋਗ ਸੁਖਬੀਰ ਸਿੰਘ ਬਾਦਲ ਜੀ, ਸੁਰਜੀਤ ਸਿੰਘ ਰੱਖੜਾ ਜੀ ਦੇ ਵਿਚਾਰ ਸੁਣਨ ਵਾਲੇ ਲੋਕ ਇਕੱਠੇ ਹੋਏ ਆ ਤੇ ਬਹੁਤ ਵਧੀਆ ਵਿਚਾਰ ਸੁਖਬੀਰ ਸਿੰਘ ਬਾਦਲ ਜੀ ਨੇ ਨੌਜਵਾਨਾਂ ਨੂੰ ਅਗਵਾਈ ਕੀਤੀ ਆ ਤੇ ਸਮੁੱਚੇ ਰੈਲੀ ਦੇ ਵਿੱਚ ਸਮੁੱਚੇ ਵਰਗ ਨੂੰ ਚੋਣ ਸਾਹਿਬ ਤਕੜੇ ਪਰ ਵੋਟਾਂ ਲਈ ਕਿਹਾ, ਕਿਉਂਕਿ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲ ਜੋ ਲੁੱਟਮਾਰ ਕੀਤੀ ਹੈ, ਜੋ ਝੂਠ ਬੋਲਿਆ, ਲੋਕ ਜਾਗਰੂਕ ਹੋ ਗਏ, ਲੋਕ ਕਾਂਗਰਸ ਸਾਬਕ ਪਾਉਣ ਚਾਹੁੰਦੇ ਨੇ। ਸੋ ਮੈਂ ਸਮਝਦਾ ਕਿ ਰੱਖੜਾ ਸਾਹਿਬ ਦੀ ਜਿੱਤ ਪ੍ਰਾਪਤ ਕਰਨ ਲਈ ਜੋ ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ, ਲੋਕ ਪੂਰਾ ਉਤਰਨਗੇ ਤੇ ਮੈਂ ਸਮਝਦਾ ਅੱਜ ਜੋ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਉਹਦੇ ਸੰਬੰਧ ਵਿੱਚ ਸਮੁੱਚੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਮੋਦੀ ਲਹਿਰ ਚੱਲ ਰਹੀ ਹੈ ਉਹਦੇ ਸੰਬੰਧ ਵਿੱਚ ਪੰਜਾਬ ਦੇ ਵਿੱਚ ਸਾਹ ਸੁਖਬੀਰ ਸਿੰਘ ਜੀ ਬਾਦਲ, ਬਿਕਰਮ ਸਿੰਘ ਮਜੀਠੀਆ ਬਹੁਤ ਤਾਬੜਤੋੜ ਰੈਲੀਆਂ ਕਰ ਰਹੇ ਨੇ। ਡੇਲੀ ਮੇਰਾ 10 ਰੈਲੀਆਂ ਹੋ ਰਹੀਆਂ ਨੇ। ਅੱਜ 3 ਰੈਲੀਆਂ ਸਾਹ ਸੁਖਬੀਰ ਸਿੰਘ ਜੀ ਬਾਦਲ ਕਰਕੇ ਗਏ ਨੇ। ਪਹਿਲੀ ਰੈਲੀ ਉਹਨਾਂ ਨੇ ਸਨੌਰ ਵਿਖੇ ਕੀਤੀ ਹੈ, ਦੂਜੀ ਹੁਣ ਨਾਭੇ ਕਰਕੇ ਗਏ ਨੇ। ਇਹ ਦੋ ਛਤਰਾਣੇ ਉਹਨੇ ਕਰਨੀ ਹੈ। ਨਾਭੇ ਵਾਲੀ ਰੈਲੀ ਦੇ ਵਿੱਚ ਸਨੌਰ ਵੀ ਬਹੁਤ ਵੱਡਾ ਇਕੱਠ ਸੀਗਾ ਅਤੇ ਨਾਭੇ ਵਿੱਚ ਜੋ ਜਿਵੇਂ ਲੋਕਾਂ ਦਾ ਉਤਸ਼ਾਹ ਹੈ
ਉਹ ਉਤਸ਼ਾਹ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਇਤਿਹਾਸ ਪਹਿਲੀ ਵਾਰ ਹੋਏਗਾ ਕਿ ਨਾਭੇ 'ਚ ਐਡੀ ਵੱਡੀ ਲੀਡ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਸੁਰਜੀਤ ਸਿੰਘ ਰੱਖੜ ਦੀ ਹੋਏਗੀ। ਪਰ ਅੱਜ ਨਾਭੇ ਦੀ ਸੰਗਤ ਨੇ ਅਕਾਲੀ ਦਲ ਦੀ ਰੈਲੀ ਨੂੰ ਦਿੱਤਾ ਔਰ ਜੋ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਸੰਦੇਸ਼ ਦਿੱਤਾ ਹੈ, ਲੋਕ ਤਕੜ ਹੋ ਕੇ ਪਹਿਰਾ ਦੇਣਗੇ। ਇਸ ਹਲਕੇ ਤੋਂ ਇੰਨੀ ਸਮੁੱਚੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਹੈ ਔਰ ਹਲਕਾ ਨਾਭੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ 'ਤੇ ਤੋਂ ਜਿੱਤ ਕੇ ਰੱਖੜਾ ਸਾਨੂੰ ਭੇਜੂਗਾ ਜੀ। ਸੁਖਬੀਰ ਸਿੰਘ ਬਾਦਲ ਸਾਡੇ ਪਾਰਟੀ ਦੇ ਪ੍ਰਧਾਨ ਨੇ, ਨਾਭਾ ਫੇਰੀ ਦੌਰਾਨ ਉਹਨਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਨੇ ਉਹਨਾਂ ਵਿੱਚ ਸ਼ਮੂਲੀਅਤ ਕਰੀ ਹੈ। ਰੈਲੀ ਦੇ ਵਿੱਚ ਸੁਰਜੀਤ ਸਿੰਘ ਜੀ ਰੱਖੜਾ ਜੋ ਦਰਵੇਸ਼ ਸਿਆਸਤਦਾਨ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਨੇ ਜ਼ਿਲ੍ਹੇ ਦੇ ਵਿੱਚ, ਉਹ ਵੱਡੀ ਲੀਡ ਲੈ ਕੇ ਇੱਥੋਂ ਜਿੱਤਣਗੇ। ਸੁਖਬੀਰ ਸਿੰਘ ਬਾਦਲ ਦੇ ਆਉਣ ਨਾਲ ਬਲ ਮਿਲਿਆ ਵਰਕਰਾਂ ਨੂੰ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪਦੇ ਵਰਕਰ ਦੀ ਕਦੇ ਵੀ ਪਿੱਠ ਨਹੀਂ ਲੱਗਣ ਦਿੰਦੇ। ਸੋ ਇੰਨਾ ਉਤਸ਼ਾਹ ਤੁਸੀਂ ਦੇਖਿਆ ਅਕਾਲੀ ਵਰਕਰਾਂ ਦੇ ਵਿੱਚ, ਬਹੁਤ ਜ਼ਿਆਦਾ ਉਤਸ਼ਾਹ ਦੇਖ ਰਹੇ ਹੋ ਪਿੱਛੇ। ਅੱਜ ਜਿਵੇਂ ਲੋਕ ਤੁਹਾਡੇ ਸਾਹਮਣੇ ਕਿੰਨਾ ਉਤਸ਼ਾਹ ਅਕਾਲੀ ਦਲ ਦੀ ਰੈਲੀ 'ਚ, ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕੁਛ ਹੀ ਸਮੇਂ 'ਚ ਇੱਥੇ ਆ ਕੇ ਸਾਰੀ ਸੰਗਤਾਂ ਨੂੰ ਸੰਬੋਧਨ ਕਰਨਗੇ। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕੇ ਦੇ ਇੰਚਾਰਜ ਸਾਹਿਬ ਸ਼੍ਰੀ ਕਬੀਰਦਾਸ ਜੀ ਦੀ ਰਹਿਨੁਮਾਈ 'ਚ ਇਹ ਜਿਹੜੀ ਰੈਲੀ ਹੈ, ਸਰਦਾਰ ਸੁਰਜੀਤ ਸਿੰਘ ਰੱਖੜਾ ਜੀ ਜਿਹੜੇ ਇੱਥੋਂ ਲੋਕ ਸਭਾ ਦੀ ਚੋਣਾਂ ਲੜ ਰਹੇ ਨੇ, ਉਹਨਾਂ ਦੇ ਹੱਕ 'ਚ ਇੱਥੇ ਰੈਲੀ ਕਰਨ ਲਈ ਅੱਜ ਸਾਡੇ ਪ੍ਰਧਾਨ ਸਾਹਿਬ ਆ ਰਹੇ ਨੇ। ਲੋਕਾਂ 'ਚ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿੰਨੀ ਵੱਡੀ ਤਦਾਦ 'ਚ ਲੋਕ ਇੱਥੇ ਜੱਥਿਆਂ ਨਾਲ ਪਹੁੰਚ ਰਹੇ ਨੇ। ਮੈਂ ਵਾੜਾ ਨਹੀਂ ਕੁਛ ਕਹਿੰਦਾ, ਮੈਂ ਸਿਰਫ ਆਹੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ, ਇੱਥੋਂ ਸਾਡੇ ਸਰਦਾਰ ਸੁਰਜੀਤ ਸਿੰਘ ਰੱਖੜਾ ਵੱਡੀ ਲੀਡ ਨਾਲ ਜਿੱਤ ਕੇ ਲੋਕ ਸਭਾ 'ਚ ਜਾਣਗੇ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆਏ ਸੀ ਅਤੇ ਬੜਾ ਭਾਰੀ ਇਕੱਠ ਸੀ ਲੋਕਾਂ ਦਾ, ਬੜਾ ਉਤਸ਼ਾਹ ਮਿਲਿਆ, ਵੋਟਰ ਬੜੇ ਉਤਸ਼ਾਹਿਤ ਨੇ। MP ਦੀਆਂ ਜੋ ਚੋਣਾਂ ਹੋਣੀਆਂ ਨੇ, ਮੋਦੀ ਸਾਹਿਬ ਨੂੰ ਦੁਬਾਰਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਅਤੇ ਸਰਦਾਰ ਸੁਰਜੀਤ ਸਿੰਘ ਰੱਖੜਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਣ ਦੀ ਇੱਥੋਂ ਸਾਰੇ ਲੋਕਾਂ ਨੇ ਪੂਰੀ ਇਕੱਠ ਨੇ ਪੂਰੀ ਕਸਮ ਲਈ ਹੈ ਸਾਰੇ ਲੋਕ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।